ਲਵਾਂਗੇ ਸਪੰਜੀ ਰਸਗੁੱਲਾ, ਉਹਦੇ ਲਈ ਚੀਨੀ ਲਵਾਂਗੇ, ਪਨੀਰ ਲਵਾਂਗੇ, ਪਾਣੀ ਲਵਾਂਗੇ। ਹੁਣ ਸਭ ਤੋਂ ਪਹਿਲਾਂ ਅਸੀਂ ਰਸਗੁੱਲਿਆਂ ਦੀ ਪ੍ਰੈਪਰੇਸ਼ਨ ਲਈ ਇੱਕ ਬਾਊਲ ਲਵਾਂਗੇ। ਪਨੀਰ ਨੂੰ ਅਸੀਂ ਬਾਊਲ 'ਚ ਲੈ ਲਵਾਂਗੇ, ਇਹਨੂੰ ਮੈਸ਼ ਕਰਕੇ ਹੱਥ ਨਾਲ ਅਸੀਂ ਮਸਲ ਲੈਣਾ ਸੋਫਟ ਕਰਨਾ। ਇਹਨੂੰ ਅਸੀਂ ਚੰਗੀ ਤਰ੍ਹਾਂ ਐਵੇਂ ਮੈਸ਼ ਕਰਨਾ, ਸਮੂਥ ਕਰ ਲੈਣਾ ਕਿ ਡੋਬ ਦੀ ਫੋਰਮ 'ਚ ਆ ਜਾਏ। ਵੇਖ ਸਕਦੇ ਸਾਡਾ ਹੁਣ ਪਨੀਰ ਸਾਰਾ ਡੋਬ ਫੋਰਮ 'ਚ ਆ ਗਿਆ, ਇਹਦੀ ਅਸੀਂ ਈਜ਼ਲੀ ਬੋਲ ਬਣਾ ਸਕਦੇ ਹਾਂ। ਹੁਣ ਸਾਡਾ ਰੈਡੀ ਹੋ ਗਿਆ, ਤੁਸੀਂ ਇਹਨੂੰ ਚੰਗੀ ਤਰ੍ਹਾਂ ਮਸਲਣਾ। ਇਹਦੇ 'ਚ ਮੇਨ ਇਹਦੇ 'ਚ ਮਸਲਣ ਦਾ ਹੀ ਹੈ। ਅਗਰ ਸਾਡਾ ਚੰਗੀ ਤਰ੍ਹਾਂ ਮਸਲਿਆ ਹੋਏਗਾ ਵੇਖ ਸਕਦੇ ਹੋ, ਅਤੇ ਸਾਡਾ ਰਸਗੁੱਲਾ ਸਪੰਜੀ ਬਹੁਤ ਵਧੀਆ ਬਣਨਗੇ। ਹੁਣ ਅਸੀਂ ਬਣਾਉਣੇ ਸਟਾਰਟ ਕਰਦੇ ਹਾਂ। ਅਸੀਂ ਰਸਗੁੱਲਿਆਂ ਦੀ ਚਾਸ਼ਨੀ ਬਣਾਵਾਂਗੇ। ਇਹਦੇ 'ਚ ਚੀਨੀ ਐਡ ਕਰਾਂਗੇ, ਇੱਕ ਬਾਊਲ ਚੀਨੀ ਲਈਏ ਅਤੇ 1.5 ਬਾਊਲ ਪਾਣੀ ਲਵਾਂਗੇ। ਅਸੀਂ ਪਤਲੀ ਚਾਸ਼ਨੀ ਬਣਾਉਣੀ ਹੈ, 1.5 ਬਾਊਲ ਪਾਣੀ। ਜਿੰਨੀ ਦੇਰ ਸਾਡੀ ਪਾਣੀ 'ਚ ਸ਼ੂਗਰ ਡਿਜ਼ੋਲਵ ਹੋਏਗੀ, ਚੀਨੀ ਪਿਘਲੇਗੀ ਮੀਨਸ ਘੁਲੇਗੀ, ਓਨੀ ਦੇਰ ਅਸੀਂ ਪਨੀਰ ਦੀਆਂ ਬੋਲਸ ਬਣਾ ਲੈਂਦੇ ਹਾਂ। ਹੁਣ ਅਸੀਂ ਬਣਾਉਣਾ ਸਟਾਰਟ ਕਰਾਂਗੇ ਬੋਲਸ। ਥੋੜ੍ਹਾ ਜਿਹਾ ਆਪਣਾ ਪਨੀਰ ਲਵਾਂਗੇ, ਇਹਦੀਆਂ ਛੋਟੀਆਂ ਛੋਟੀਆਂ ਬੋਲਸ ਬਣਾ ਲੈਣੀਆਂ ਨੇ, ਜ਼ਿਆਦਾ ਵੱਡੇ ਸਾਈਜ਼ ਦੀਆਂ ਬੋਲਸ ਨਹੀਂ ਬਣਾਉਣੀਆਂ, ਬਸ ਇਵੇਂ ਦੀਆਂ ਛੋਟੀਆਂ ਛੋਟੀਆਂ ਟਾਈਟ ਹੱਥਾਂ ਨਾਲ ਬਣਾਉਣੀ, ਕਰੈਕ ਨਹੀਂ ਹੋਣਾ ਚਾਹੀਦਾ ਕੋਈ ਵੀ ਵਿੱਚ। ਐਵੇਂ ਕਰਕੇ ਅਸੀਂ ਸਾਰੀਆਂ ਬੋਲਸ ਬਣਾ ਲੈਣੀਆਂ ਨੇ। ਸਾਡੀਆਂ ਬੋਲਸ ਵੀ ਰਸਗੁੱਲਿਆਂ ਲਈ ਬਣ ਕੇ ਰੈਡੀ ਨੇ, ਅਤੇ ਸਾਡੀ ਚਾਸ਼ਨੀ 'ਚ ਵੀ ਬੋਇਲ ਆ ਗਿਆ। ਹੁਣ ਅਸੀਂ ਇਹਨੂੰ ਰਸਗੁੱਲਿਆਂ ਨੂੰ ਆਪਣੀ ਚਾਸ਼ਨੀ 'ਚ ਪਾਵਾਂਗੇ। ਹੁਣ ਰੈਡੀ ਹੋਈ ਆਪਣੀ ਚਾਸ਼ਨੀ 'ਚ ਆਪਣੀ ਬੋਲਸ ਪਾ ਦਾਂਗੇ, ਇਹਨਾਂ ਨੂੰ ਪਕਾਵਾਂਗੇ। ਸਲੋਲੀ ਸਲੋਲੀ ਪਾਵਾਂਗੇ। ਹੁਣ ਅਸੀਂ ਆਪਣੀ ਸਾਰੀਆਂ ਬੋਲਸ ਚਾਸ਼ਨੀ 'ਚ ਪੱਕਣ ਲਈ ਪਾਤੀਆਂ ਨੇ, ਹੁਣ ਇਹ ਪੱਕ ਜਾਣਗੇ। ਪੰਜ ਤੋਂ ਦਸ ਮਿੰਟ ਦੇ ਵਿੱਚ ਰੈਡੀ ਹੋ ਜਾਣਗੇ, ਇਹਨੂੰ ਢੱਕ ਕੇ ਅਸੀਂ ਪਕਾਵਾਂਗੇ। ਹੁਣ ਸਾਡੇ ਬਣ ਕੇ ਰਸਗੁੱਲਾ ਰੈਡੀ ਨੇ, ਵੇਖ ਸਕਦੇ ਹੋ ਇਹ ਫੁੱਲ ਗਏ ਨੇ, ਛੋਟੇ ਛੋਟੇ ਸਨ, ਹੁਣ ਵੱਡੇ ਹੋ ਗਏ ਨੇ, ਉੱਪਰ ਆ ਗਏ ਨੇ, ਜਦੋਂ ਪੱਕ ਜਾਣਗੇ ਉੱਪਰ ਆ ਜਾਣਗੇ, ਫੁੱਲ ਫੁੱਲ ਜਾਣਗੇ। ਹੁਣ ਸਾਡੇ ਰੈਡੀ ਨੇ, ਇਹਨੂੰ ਅਸੀਂ ਗੈਸ ਆਫ ਕਰ ਦਾਂਗੇ ਅਤੇ ਠੰਡਾ ਕਰਕੇ ਸਰਵ ਕਰਾਂਗੇ। ਹੁਣ ਸਾਡੇ ਸਪੰਜੀ ਰਸਗੁੱਲਾ ਚਿਲਡ ਹੋ ਗਏ, ਹੁਣ ਅਸੀਂ ਇਹਨਾਂ ਨੂੰ ਸਰਵ ਕਰ ਲਿਆ। ਵੇਖ ਸਕਦੇ ਹੋ ਕਿੰਨੇ ਵਧੀਆ ਨੇ, ਅਸੀਂ ਛੋਟੀਆਂ ਬੋਲਸ ਬਣਾਈਆਂ ਸਨ, ਵੱਡੀਆਂ ਹੋ ਗਈਆਂ ਨੇ ਬਣਨ ਤੋਂ ਬਾਅਦ, ਪੱਕਣ ਤੋਂ ਬਾਅਦ। ਥੈਂਕ ਯੂ ਫਰੈਂਡਸ ਫੋਰ ਵਾਚਿੰਗ ਮਾਈ ਵੀਡੀਓ, ਹੈਵ ਅ ਨਾਈਸ ਡੇ।